ਲੌਂਗੋਵਾਲ ਹੋਏ ਹਾਦਸੇ ਬਾਰੇ ਬੋਲਦਿਆਂ ਮੰਤਰੀ ਓਪੀ ਸੋਨੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੰਨਿਆ ਕਿ ਸਰਕਾਰ ਦੀ ਕਮਜ਼ੋਰੀ ਕਰਕੇ ਇਹਨਾਂ ਮਾਸੂਮ ਬੱਚਿਆਂ ਦੀ ਜਾਨ ਗਈ। ਉਹਨਾਂ ਕਿਹਾ ਕਿ ਸਰਕਾਰ ਸਕੂਲਾਂ ਖਿਲਾਫ ਸਖ਼ਤ ਕਦਮ ਚੁੱਕਣ ਜਾ ਰਹੀ ਹੈ, ਜੋ ਸਕੂਲ ਦੋਸ਼ੀ ਪਾਏ ਗਏ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਹਾਂ, ਬੜਾ ਮਾੜਾ ਕੰਮ ਹੋਇਆ, ਬੜਾ ਮਾੜਾ। ਛੋਟੇ ਬੱਚੇ ਜਿਹੜੇ ਨੇ, ਬੱਚੇ ਸਾਰੇ ਦੇ ਸਾਂਝੇ ਨੇ, ਸਾਡੇ ਪੰਜਾਬ ਦੇ ਬੱਚੇ ਨੇ। ਬੜੀ ਮਾੜੀ ਦੁਰਭਾਗੀ ਘਟਨਾ ਹੋਈ ਹੈ, ਸੋ ਬੜਾ ਦੁੱਖ ਹੈ ਉਹਦਾ। ਦੇਖੋ ਸਮਾਜ, ਦੇਖੋ ਸਰਕਾਰਾਂ ਦੀ ਵਾਕਈ ਡਿਊਟੀ ਬਣਦੀ ਆ, ਪਰ ਥੋੜ੍ਹਾ ਜਿਹਾ ਇਹਨਾਂ ਮਸਲਿਆਂ 'ਚ ਸਾਡੇ ਲੋਕਾਂ 'ਤੇ ਵੀ ਫਰਜ਼ ਬਣਦੇ ਆ ਨਾ। ਅਸੀਂ ਹੁਣ ਉਹ ਕੰਮ ਕਰੀਏ ਜਿਹੜਾ ਸਰਕਾਰਾਂ ਦੇ, ਕਈ ਵਾਰ ਸਰਕਾਰਾਂ ਦੇ ਨੋਟਿਸ ਨਹੀਂ ਆਉਂਦਾ। ਸੋ ਅਸੀਂ ਅੱਜ ਹੀ ਹਦਾਇਤਾਂ ਸੀ ਐਮ ਸਾਹਿਬ ਵੱਲੋਂ ਹੋਗੀਆਂ ਨੇ ਸਾਰਿਆਂ ਨੂੰ, ਸਾਡੇ ਜਿਹੜੇ ਪਾਰਟੀ ਉਹ। ਇਹ ਤੁਹਾਡੀ ਗੱਲ ਬਿਲਕੁਲ ਠੀਕ ਆ, ਇਹਦੇ ਨਾਲ ਮੈਂ ਡਿਨਾਈ ਨਹੀਂ ਕਰਦਾ। ਇਹ ਬੜੀ ਮਾੜੀ ਘਟਨਾ ਵਾਪਰੀ ਆ ਉੱਥੇ। ਸੋ ਫਿਰ ਉਹ ਹੁਣ ਉਹਦੇ ਬਾਰੇ ਸਰਕਾਰ ਜਿਹੜੀ ਆ ਬੜੀ ਚਿੰਤਤ ਆ, ਸੀ ਐਮ ਸਾਹਿਬ ਆਪ ਬੜੇ ਚਿੰਤਤ ਆ। ਹੁਣ ਬੱਚੇ ਜਿਹੜੇ ਨੇ ਛੋਟੇ, ਉਹਨਾਂ ਦਾ ਕੀ ਕਸੂਰ ਆ? ਬੱਚੇ ਜਿਹੜੇ ਨੇ ਸਾਂਝੇ ਬੱਚੇ ਸਾਰੇ ਸਾਂਝੇ। ਜਲੰਧਰ ਤੋਂ ਦਵਿੰਦਰ ਸ਼ਰਮਾ ਦੀ ਰਿਪੋਰਟ।